ਦਾਰੂ ਨਾ ਚੱਲ। ਨਹੀਂ ਭਾਜੀ ਮੈਂ ਦਾਰੂ ਨਹੀਂ ਪੀਂਦਾ, ਸਾਡੇ ਘਰ ਜਗ੍ਹਾ ਆ ਭਾਜੀ। ਜਗ੍ਹਾ ਆ ਹਾਂਜੀ, ਕਾਹਦੀ? ਇਹ ਹੁਣ ਮੈਨੂੰ ਕੀ ਪਤਾ, ਕਾਹਦੀ ਵੱਡਿਆਂ ਨੂੰ ਪਤਾ ਹੋਊ। ਨੋ 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 ਯਾਰੋ, ਆ ਵੀਡੀਓ ਐਂਡ ਤੱਕ ਦੇਖਿਓ, ਇਸ ਨੂੰ ਦੇਖ ਕੇ ਤੁਹਾਨੂੰ ਬਹੁਤ ਜ਼ਿਆਦਾ ਹਾਸਾ ਆਵੇਗਾ ਤੇ ਪੰਜਾਬ ਦੇ ਹਾਲਾਤ ਵੀ ਪਤਾ ਲੱਗ ਜਾਣਗੇ ਕਿ ਪੰਜਾਬ ਦੇ ਹਾਲਾਤ ਕੀ ਆ। ਯਾਰੋ, ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਚੰਗੀਆਂ ਵੀਡੀਓ ਆਪਾਂ ਤੁਹਾਡੇ ਨਾਲ ਅਕਸਰ ਹੀ ਸਾਂਝੀਆਂ ਕਰਦੇ ਰਹਿੰਦੇ ਆ। ਆਹ ਵੀਡੀਓ 'ਚ ਤੁਸੀਂ ਦੇਖੋਗੇ ਕਿ ਆਹ ਪਤੰਦਰ ਜਿਹੜਾ ਬੈਠਾ ਹੋਇਆ ਨਾ, ਇਹ ਕਿਸੇ ਵੀਰ ਦੇ ਘਰੇ ਆਉਂਦਾ ਤੇ ਉੱਥੇ ਕੋਈ ਕੰਮ ਕਰਦਾ ਵਾ ਤੇ ਰੁਪਈਏ ਬਣਦੇ 30 ਤਾਂ ਮੁੰਡਾ ਕਹਿੰਦਾ ਕਿ ਮੈਨੂੰ ਯਾਰ 50 ਰੁਪਏ ਦੇ ਦਿਓ। ਰੋਣ ਹੀ ਲੱਗ ਪੈਂਦਾ ਕਿ ਯਾਰ ਮੈਨੂੰ 50 ਰੁਪਏ ਦੇ ਦਿਓ, ਮੈਂ ਕੁਝ ਖਾਣਾ ਵਾ। ਤਾਂ ਵੀਰ ਕਹਿੰਦਾ ਕੀ ਖਾਣਾ? ਕਹਿੰਦਾ ਮੈਂ ਸਮਾਨ ਲੈਣਾ, ਮੈਂ ਸਮਾਨ ਖਾਣਾ, ਮੈਨੂੰ ਨਸ਼ੇ ਦੀ ਤੋੜ ਲੱਗਦੀ ਪਈ। ਮੁੰਡੇ ਨੇ ਕਿਹਾ ਕਿਹੜਾ ਸਮਾਨ ਲੈਣਾ? ਤਾਂ ਕਹਿੰਦਾ ਮੈਂ ਸੁੱਕਾ ਸਮਾਨ ਖਾਣਾ, ਮੈਂ ਡੋਡੇ ਖਾਣਾ। ਮੁੰਡੇ ਨੇ ਕਿਹਾ ਕਿ ਤੈਨੂੰ ਦਾਰੂ ਪਿਆਲ ਦੀਏ? ਕਹਿੰਦਾ ਨਹੀਂ, ਮੈਂ ਦਾਰੂ ਨਹੀਂ ਪੀਣਾ, ਮੇਰੇ ਘਰੇ ਜਗ੍ਹਾ ਵਾ। ਤਾਂ ਮੁੰਡੇ ਨੇ ਕਿਹਾ ਕਿਹਦੀ ਜਗ੍ਹਾ ਵਾ? ਕਹਿੰਦਾ ਭਰਾਵੋ ਮੈਨੂੰ ਨਹੀਂ ਪਤਾ, ਮੈਨੂੰ ਪੈਸੇ ਦੇ ਦਿਓ। ਉਹ ਯਾਰੋ, ਆਹ ਵੀਡੀਓ ਦੇਖ ਕੇ ਨਾ ਸੱਚੀ ਤੁਹਾਨੂੰ ਹਾਸਾ ਵੀ ਬਹੁਤ ਆਵੇਗਾ ਤੇ ਪਤਾ ਵੀ ਲੱਗ ਜਾਵੇਗਾ ਕਿ ਪੰਜਾਬ ਦੀ ਜਵਾਨੀ ਕਿੰਨੀ ਨਸ਼ਿਆਂ 'ਚ ਫਸੀ ਹੋਈ ਹੈ। ਇਹ ਵੀਰ ਕਹਿੰਦਾ ਕਿ ਮੈਂ ਡੋਡੇ ਖਾਂਦਾ, ਜੇ ਸੱਚੀ ਡੋਡੇ ਡਾਡੇ ਖਾਂਦਾ ਹੁੰਦਾ ਤਾਂ ਸਾਈ ਦੇ ਦੀ ਸਿਹਤ ਵਧੀਆ ਹੁੰਦੀ ਹੈ, ਕੋਈ ਵਧੀਆ ਕੰਮ ਕਾਰ ਕਰਦਾ ਹੁੰਦਾ, ਪਰ ਲੱਗਦਾ ਨਹੀਂ ਵੀ ਇਹ ਡੋਡੇ ਖਾਂਦਾ ਸਾਈ ਦੇ ਕੋਈ ਹੋਰ ਹੀ ਸਮਾਨ ਸੱਚੀ ਸਕਦਾ ਵਾ। ਸੋ ਆਓ ਤੁਹਾਡੇ ਨਾਲ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਹਾਂ। ਕਿਹਦਾ ਕੀ ਬਗਾਲ ਲਿਆ? ਸੱਚ ਕਹਿੰਦਾ ਮੈਂ ਧਰਮ ਨਾ, ਮੈਨੂੰ ਸਰਕਾਰ ਲਾਲ ਬਾਦਸ਼ਾਹ ਦੀ ਸੌਣ ਲੱਗੀ। ਹਾਂ, ਜੇ ਮੇਰੇ 30 ਰੁਪਈਏ ਬਣਦੇ ਮੈਂ ਮਾਲ ਖਾਣਾ ਭਾਜੀ, ਮੈਨੂੰ 50 ਰੁਪਈਏ ਕਰ ਦਿਓ, ਮੈਂ ਮੁੜ ਕੇ ਨਹੀਂ ਮੰਗੂਗਾ ਯਾਰ। ਦੱਸ ਮੈਨੂੰ 100 ਦਾ ਆਉਂਦਾ, ਮੈਨੂੰ 50 ਦਾ ਲਾ ਲੂਗਾ ਯਾਰ, ਹੋਰ ਦੱਸ ਭਰਾ। ਲੈਂਦੇ ਆ ਤੈਨੂੰ ਮਾਲ, ਮਾਲ ਹੀ ਅਜੇ ਹੋਰ ਦੱਸੋ। ਕਿਹੜਾ ਖਾਣਾ? ਕਿਹੜਾ? ਸੁੱਕਾ ਮਾਲ ਮੈਂ ਖਾਣਾ, ਡੋਡੇ ਭਾਜੀ। ਡੋਡੇ ਖਾਣਾ ਆ? ਡੋਡੇ ਦਾਰੂ ਨਾ ਚੱਲ। ਨਹੀਂ ਭਾਜੀ ਮੈਂ ਦਾਰੂ ਨਹੀਂ ਪੀਂਦਾ, ਸਾਡੇ ਘਰ ਜਗ੍ਹਾ ਆ ਭਾਜੀ। ਜਗ੍ਹਾ ਆ? ਹਾਂਜੀ। ਕਾਹਦੀ? ਇਹ ਹੁਣ ਮੈਨੂੰ ਕੀ ਪਤਾ, ਕਾਹਦੀ ਵੱਡਿਆਂ ਨੂੰ ਪਤਾ ਹੋਊਗੀ। ਲੱਖ ਦਾ ਤਾਂ ਲਾਲ ਬਾਦਸ਼ਾਹ ਸਰਪ ਸੱਪਾ ਦੀ ਜਗ੍ਹਾ ਆਇਆ, ਜਾਣੀ ਕਿ ਨਾਗ ਜਿੱਦਾਂ ਗਰਮੀ। ਅੱਛਾ, ਤੇਰੇ ਸਿਰ ਆਉਂਦੇ ਵੀ ਲੱਗਦੇ? ਹਾਂਜੀ, ਮੇਰੇ ਸਿਰ ਪੂਰੇ। ਕਿਹੜੇ ਆਉਂਦੇ? ਜੋ ਮੰਗੂਗੇ ਲਿਓ, ਪਹਿਲਾਂ ਮੈਨੂੰ ਪ੍ਰਸ਼ਾਦ ਦਿਓ, ਇੱਕ ਮਕਾਰ ਸਤਿਗੁਰੂ ਪ੍ਰਸ਼ਾਦ, ਤੁਹਾਨੂੰ ਨੂੰ ਸੁੰਗੀ ਦਾ ਫਲ। ਲਵਲੀ। ਹਾਂਜੀ, ਫਿਰ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨੂੰ। ਸਤਿ ਸ਼੍ਰੀ ਅਕਾਲ ਜੀ।